ਸਭ ਕੀ ਸ਼ੁਭ ਨਾਮ ਤੁਹਾਡਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਬਹੁਤ ਧੰਨਵਾਦੀ ਹਾਂ ਲੋਕ ਦਾ ਜੁਝਾਰ ਟਾਈਮਸ ਔਰ ਸਾਡੇ ਗੋਇਲ ਸਾਹਿਬ ਜਿਨ੍ਹਾਂ ਦੀ ਦੌਲਤ ਅੱਜ ਆਪਾਂ ਇੱਥੇ ਬੈਠੇ ਹਾਂ ਸਾਡੇ ਰੱਬ ਵਰਗੇ ਸਰੋਤਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੈਂ ਤਹਿ ਦਿਲੋਂ ਰਿਣੀ ਹਾਂ ਅਤੇ ਮੈਂ ਤੁਹਾਡਾ ਆਪਣਾ ਰਵੀ ਰਾਜ ਸਾਨੂੰ ਗੋਇਲ ਸਾਹਿਬ ਨੇ ਇਨਵਾਈਟ ਕੀਤਾ ਸੀਗਾ ਗਾਣਾ ਆਪਣਾ ਰਿਲੀਜ਼ ਹੋਇਆ ਰੱਬ ਉਹਦੇ ਕੋਲੇ ਤੁਸੀਂ ਬੜਾ ਪਿਆਰ ਦੇ ਰਹੇ ਹੋ ਬੜਾ ਮਾਣ ਦੇ ਰਹੇ ਹੋ ਮੈਂ ਸਭ ਦਾ ਤਹਿ ਦਿਲੋਂ ਸ਼ੁਕਰੀਆ ਤੁਹਾਡੇ ਅੱਜ ਤੱਕ ਕਿੰਨੇ ਗਾਣੇ ਆ ਚੁੱਕੇ ਆ ਕਮਰਸ਼ੀਅਲੀ ਸਰ ਮੇਰਾ ਪਹਿਲਾ ਸੌਂਗ ਆ ਪਹਿਲਾਂ ਮੈਂ ਡਿਵੋਸ਼ਨਲ ਸੌਂਗ ਕੀਤੇ ਹੋਏ ਦੋ ਤਿੰਨ ਅਤੇ ਸਵੈਗ ਕੀਤਾ ਸੀਗਾ ਇੱਕ ਬੱਬਰ ਸ਼ੇਅਰ ਕੀਤਾ ਸੀਗਾ ਅਤੇ ਹੁਣ ਜਿਹੜਾ ਕਮਰਸ਼ੀਅਲ ਸੌਂਗ ਆ ਉਹ ਪਹਿਲਾਂ ਹੀ ਆ ਮੇਰਾ ਇਹ ਸੌਂਗ ਤੁਹਾਡਾ ਲਿਖਿਆ ਕਿਹਨੇ ਹੈ ਮੈਂ ਗੁਰਦੀਪ ਸਿੰਘ ਲਿਖਿਆ ਜੀ ਅਤੇ ਇਸਦਾ ਮਿਊਜ਼ਿਕ ਕੀਤਾ ਹੈ ਸੁਮਿਤ ਸਵਿੰਗ ਬੀਟ ਅਤੇ ਡਾਇਰੈਕਟਰ ਉਹ ਜਿਹੜੇ ਸਾਡੇ ਫਿਲਿਪ ਸਰ ਨੇ ਚੰਡੀਗੜ੍ਹ ਤੋਂ ਜਿਹਦੇ ਵਿੱਚ ਮਾਡਲਿੰਗ ਕੀਤੀ ਹੈ ਸਾਡੇ ਅੰਮ੍ਰਿਤਸਰ ਜੀ ਨੇ ਕਾਫੀ ਅੱਛੇ ਮਾਡਲ ਹਨ ਤੁਸੀਂ ਨਾ ਕੈਮਰੇ ਵੱਲ ਦੇਖੋ ਤੁਸੀਂ ਬਿਲੋਂਗ ਕਿੱਥੋਂ ਕਰਦੇ ਹੋ ਬੇਸਿਕਲੀ ਅਸੀਂ ਫਗਵਾੜੇ ਤੋਂ ਤੁਹਾਡੀ ਬੇਸਿਕ ਕੁਆਲੀਫਿਕੇਸ਼ਨ ਕੀ ਹੈ ਕੁਆਲੀਫਿਕੇਸ਼ਨ ਮੈਂ ਜੇ ਦੱਸਣਾ ਚਾਹਵਾਂ ਤਾਂ ਮੈਂ ਕੁਛ ਖਾਸ ਪੜ੍ਹਿਆ ਨਹੀਂ ਹੈਗਾ ਕਿਉਂਕਿ ਸਾਡੀ ਫੈਮਿਲੀ ਸ਼ੁਰੂ ਤੋਂ ਹੀ ਮਤਲਬ ਕਿ ਮੈਂ ਗਰੀਬ ਫੈਮਿਲੀ ਤੋਂ ਬਿਲੋਂਗ ਕਰਦਾ ਬਹੁਤ ਕੈਮਰੇ ਵੱਲ ਦੇਖੋ ਇੱਧਰ ਦੇਖ ਬਹੁਤ ਜ਼ਿਆਦਾ ਗਰੀਬ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ ਅਤੇ ਹਾਲਾਤ ਇੱਧਰ ਦੇ ਸੀਗੇ ਕਿ ਜ਼ਿਆਦਾ ਪੜ੍ਹ ਨਹੀਂ ਸਕਿਆ ਪਰ ਇਸ ਸਿੰਗਿੰਗ ਵੱਲ ਤੁਹਾਡਾ ਧਿਆਨ ਕਦੋਂ ਤੋਂ ਆਇਆ ਸਿੰਗਿੰਗ ਦਾ ਸ਼ੌਂਕ ਸ਼ੁਰੂ ਤੋਂ ਹੀ ਸੀਗਾ ਅਤੇ ਬਚਪਨ ਤੋਂ ਹੀ ਸ਼ੁਰੂਆਤ ਹੋਈ ਸੀ ਜਾਗਰਣ ਵਗੈਰਾ 'ਤੇ ਗਾਉਂਦਾ ਹੁੰਦਾ ਸੀ ਅਤੇ ਹੌਲੀ ਹੌਲੀ ਇੰਪਰੂਵ ਹੋਇਆ ਕਿਉਂਕਿ ਪਿਆਰ ਦੇਣ ਲੱਗੇ ਅਤੇ ਮੈਨੂੰ ਲੱਗਾ ਕਿ ਇਸ ਲਾਈਨ ਦੇ ਵਿੱਚ ਅੱਗੇ ਵਧਣਾ ਚਾਹੀਦਾ ਤੁਹਾਡਾ ਆਉਣ ਵਾਲਾ ਫਿਊਚਰ ਤੁਸੀਂ ਇਹ 'ਚ ਕਿਸ ਤਰ੍ਹਾਂ ਆਪਣਾ ਦੇਖਦੇ ਹੋ ਫਿਊਚਰ ਦੀ ਗੱਲ ਕਰਾਂ ਤਾਂ ਇਹੀ ਸੋਚਿਆ ਕਿ ਹੋਰ ਵਧੀਆ ਵਧੀਆ ਸੌਂਗ ਕਰੀਏ ਇੱਦਾਂ ਦੇ ਗਾਣੇ ਕਰੀਏ ਜਿਹੜੇ ਲੋਕ ਆਪਣੇ ਪਰਿਵਾਰ ਵਿੱਚ ਬੈਠ ਕੇ ਸੁਣ ਸਕਣ ਇਹ ਨਾ ਹੋਵੇ ਕਿ ਮੇਰੀ ਕੋਸ਼ਿਸ਼ ਇਹੀ ਰਹੇਗੀ ਹਮੇਸ਼ਾ ਪਿਆਰ ਵਾਲੇ ਮੁਹੱਬਤ ਵਾਲੇ ਗਾਣੇ ਗਾਉਣ ਤਾਂ ਕਿ ਭਾਈਚਾਰਾ ਬਣਿਆ ਰਹੇ ਪਿਆਰ ਬਣਿਆ ਰਹੇ ਇਹ ਜਿਹੜੇ ਅਸਲੇ ਨਾਲ ਰਿਲੇਟਡ ਜਾਂ ਲਚਰ ਗੀਤ ਨੇ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਸਰ ਮੈਂ ਦੱਸਦਾ ਤੁਹਾਨੂੰ ਰਣਵੀਰ ਪਹਿਲਾਂ ਸਾਡਾ ਸੌਂਗ ਆਹ ਰਿਲੀਜ਼ ਹੋਇਆ ਰੱਬ ਅਤੇ ਮੈਨੂੰ ਔਫਰ ਆਈ ਸੀਗੀ ਕਿ ਅਸੀਂ ਤੁਹਾਡਾ ਗਾਣਾ ਕਰਨਾ ਜਿਹਦੇ ਵਿੱਚ ਅਸੀਂ ਹਥਿਆਰ ਲਵਾਂਗੇ ਅਤੇ ਮੈਨੂੰ ਕਿਸੇ ਕੰਪਨੀ ਦਾ ਫੋਨ ਆਇਆ ਸੀਗਾ ਬਟ ਮੈਂ ਉਸ ਕੰਪਨੀ ਦੀ ਔਫਰ ਐਕਸੈਪਟ ਨਹੀਂ ਕੀਤੀ ਅਤੇ ਮੈਂ ਉਹਨਾਂ ਨੂੰ ਨਾ ਕਰ ਦਿੱਤੀ ਅਤੇ ਮੇਰਾ ਮੋਟਿਵ ਇਹੀ ਆ ਕਿ ਆਪਾਂ ਹਥਿਆਰ ਵਾਲੇ ਗਾਣੇ ਨਾ ਕਰੀਏ ਕਿਸ ਤਰ੍ਹਾਂ ਦੇ ਗਾਣਿਆਂ ਨੂੰ ਤਵੱਜੋ ਦਊਂਗੇ ਸੌਂਗ ਹੋਣੇ ਚਾਹੀਦੇ ਆ ਰੋਮੈਂਟਿਕ ਸੌਂਗ ਹੋ ਸਕਦੇ ਆ ਸੱਭਿਆਚਾਰਕ ਗੀਤ ਹੋ ਸਕਦੇ ਆ ਜਿਹੜੇ ਅਸੀਂ ਫੈਮਿਲੀ ਦੇ ਵਿੱਚ ਸਾਰੇ ਜਾਣੇ ਇਕੱਠੇ ਬੈਠ ਕੇ ਸੁਣ ਸਕੀਏ ਜਿਹੜੇ ਗਾਣਿਆਂ ਦੇ ਵਿੱਚ ਲੜਕੀਆਂ ਦਾ ਲੰਗੇਜ ਦਿਖਾਇਆ ਜਾਂਦਾ ਉਸ ਗਾਣੇ ਬਾਰੇ ਤੁਹਾਡਾ ਕੀ ਕਹਿਣਾ ਚਲੋ ਕਿਸੇ ਨੂੰ ਮਾੜਾ ਤਾਂ ਨਹੀਂ ਕਹਿੰਦਾ ਬਟ ਇਹੀ ਮੈਸੇਜ ਦੇਣਾ ਚਾਹੂੰਗਾ ਕਸੂਰ ਸਿੰਗਰਾਂ ਦਾ ਨਹੀਂ ਹੈਗਾ ਅੱਜ ਕੱਲ੍ਹ ਕਸੂਰ ਹੈਗਾ ਯੰਗਸਟਰਸ ਦਾ ਜਿਹੜੇ ਆਪਣੇ ਯੰਗਸਟਰ ਆ ਨਾ ਉਹ ਇਹ ਚੀਜ਼ਾਂ ਪਸੰਦ ਕਰਦੇ ਆ ਤਾਂ ਕਰਕੇ ਲੋਕ ਆਪਣੇ ਸਿੰਗਰ ਇੱਦਾਂ ਦੇ ਗਾਣੇ ਕਰਦੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਤੁਸੀਂ ਪਲੀਜ਼ ਵਧੀਆ ਮਿਊਜ਼ਿਕ ਸੁਣੋ ਭੜਕਾਊ ਗੀਤ ਨਾ ਸੁਣੋ ਲੱਚਰਤਾ ਵਾਲੇ ਗੀਤ ਨਾ ਸੁਣੋ ਤਾਂ ਵਧੀਆ ਗੱਲ ਹੈ ਅਤੇ ਬਸ ਬਹੁਤ ਕੰਪੀਟੀਸ਼ਨ ਹੋ ਗਿਆ ਸਿੰਗਿੰਗ ਲਾਈਨ ਦੇ ਵਿੱਚ ਇਸ ਬਾਰੇ ਤੁਹਾਡਾ ਕੀ ਕਹਿਣਾ ਕੰਪੀਟੀਸ਼ਨ ਸਰ ਪਹਿਲਾਂ ਇਹ ਹੁੰਦਾ ਸੀ ਕਿ ਕੋਈ ਉਸਤਾਦ ਹੁੰਦਾ ਸੀ ਆਪਣੇ ਸ਼ਾਗਿਰਦ ਨੂੰ ਸਿਖਾਉਂਦਾ ਹੁੰਦਾ ਸੀਗਾ ਤਾਲੀਮ ਚੱਲਦੀ ਸੀ 5-6 ਸਾਲ ਦੀ ਸਟਰਗਲ ਕਰਦਾ ਸੀ ਅਗਲੇ ਨੂੰ ਗਾਣਾ ਆਉਂਦਾ ਸੀ ਫਿਰ ਅਗਲਾ ਗੀਤ ਕਰਦਾ ਜੀ ਬਟ ਅੱਜ ਕੱਲ੍ਹ ਬਿਲਕੁਲ ਗਲਤ ਹੋ ਚੁੱਕਾ ਆ ਬਸ ਪੈਸਿਆਂ ਦੀ ਖੇਡ ਰਹਿ ਗਈ ਹੈ ਗਾਣਿਆਂ ਦੇ ਵਿੱਚ ਕਿ ਕੋਈ ਵੀ ਯੰਗਸਟਰ ਉੱਠਦਾ ਆ ਜਿਹਨੂੰ ਪਤਾ ਵੀ ਨਹੀਂ ਹੈਗਾ ਪੈਸੇ ਲਾ ਕੇ ਮੋਹਰੇ ਆ ਜਾਂਦਾ ਤੁਸੀਂ ਤਾਲੀਮ ਦੀ ਗੱਲ ਕੀਤੀ ਹੈ ਤੁਸੀਂ ਕਿੰਨਾ ਤੋਂ ਤੁਹਾਡੇ ਗੁਰੂ ਜੀ ਕੌਣ ਨੇ ਇਸ ਕਲਾਕਾਰੀ ਲਾਈਨ 'ਚ ਵਿੱਚ ਮੈਂ 5 ਸਾਲ ਗੁਰੂ ਘਰ ਵਿੱਚ ਰਿਹਾ ਸਦਾਣੇ ਪਿੰਡ 'ਚ ਜੀ ਅਤੇ ਉੱਥੇ ਸਾਡੇ ਗੁਰੂ ਜੀ ਹੈਗੇ ਆ ਜੀਰਾ ਸਾਹਿਬ ਜੀ ਜੀ ਜਿਨ੍ਹਾਂ ਨੂੰ ਮਿਊਜ਼ਿਕ ਦੀ ਬੜੀ ਵੱਡੀ ਨੌਲੇਜ ਆ ਅਤੇ ਮੈਂ 5 ਸਾਲ ਰੈਗੂਲਰ ਉਹਨਾਂ ਦੇ ਕੋਲ ਰਿਹਾ ਅਤੇ 5 ਸਾਲ ਉਹਨਾਂ ਕੋਲ ਸਿੱਖਦਾ ਰਿਹਾ ਅਤੇ ਅੱਗੇ ਵੀ ਸਿੱਖਦਾ ਰਹੂੰਗਾ ਕਿਉਂਕਿ ਮੈਂ ਹਮੇਸ਼ਾ ਸਟੂਡੈਂਟ ਸੀ ਅਤੇ ਹਮੇਸ਼ਾ ਸਟੂਡੈਂਟ ਹੀ ਰਹੂੰਗਾ ਇੰਟਰਸਟਿਡ ਕਿੱਦਾਂ ਹੋ ਫੋਕ ਸੌਂਗ ਦੇ ਵਿੱਚ ਜਾਂ ਸੂਫੀ ਸੌਂਗ ਦੇ ਵਿੱਚ
सूफी दे विच। ते ए जेड़ा तुसी आज गल कीती है रब सोंग शायद आ रहा तुहाडा, इहदे बारे तुहाडा की कहना, ये सूफी सोंग है जां फोक? सर ये सैड सोंग है। ये सैड सोंग जी जेड़ा 30 तरीक नूं रिलीज़ हो चुका है। ਇਹਦੇ ਸਾਨੂੰ ਕੋਈ ਅੰਤਰਾ ਕੋਈ ਟੱਪਾ ਸਾਨੂੰ ਇਹਦਾ ਇੱਕ ਦੋ ਸੁਣਾ ਸਕਦੇ ਹੋ ਤੁਸੀਂ? ਹਾਂਜੀ ਮੈਂ ਇਸ ਗਾਣੇ ਦੀਆਂ ਦੋ ਲਾਈਨਾਂ ਤੁਹਾਨੂੰ ਵੀ ਸੁਣਾਉਂਗਾ। ਉਹ ਲਾਈਨਾਂ ਸੁਣਾਉਂਗਾ ਜਿਹ 'ਤੇ ਜ਼ਿਆਦਾ ਰੀਲਸ ਬਣ ਰਹੀ ਹੈ, ਜਿਹੜੀਆਂ ਲਾਈਨਾਂ ਨੂੰ ਲੋਕ ਜ਼ਿਆਦਾ ਪਿਆਰ ਦੇ ਰਹੇ। ਉਹ ਲਾਈਨਾਂ ਤੂੰ ਕਿਹਾ ਸੀ ਜ਼ਮਾਨਾ ਛੱਡ ਛੱਡ ਤਾ ਮਨੋ ਰੱਬ ਦਾ ਖਿਆਲ ਕੱਢ ਕੱਢ ਤਾਂ ਤੂੰ ਕਿਹਾ ਸੀ ਜ਼ਮਾਨਾ ਛੱਡ ਛੱਡ ਤਾਂ ਮਨੋ ਰੱਬ ਦਾ ਖਿਆਲ ਕੱਢ ਕੱਢ ਤਾਂ ਕਰਕੇ ਸਭ ਤੋਂ ਦੂਰ ਕਿਉਂ ਗਹਿਰਾਂ ਦੇ ਵੱਲ ਗਿਆ ਏ ਹੋ ਮੈਨੂੰ ਬਦਲ ਕੇ ਸਜਣਾ ਤੂੰ ਆਪ ਬਦਲ ਗਿਆ ਮੈਨੂੰ ਬਦਲ ਕੇ ਸਜਣਾ ਤੂੰ ਆਪ ਬਦਲ ਗਿਆ। ਇੱਕ ਬੜਾ ਅਹਿਮ ਸਵਾਲ ਹੈ ਕਿ ਜਦੋਂ ਸਟਾਰਟਿੰਗ ਦੇ ਵਿੱਚ ਸਟੇਜ ਪਰਫੋਰਮੈਂਸ ਕੀਤੀ ਹੋਏਗੀ ਪਹਿਲੀ ਵਾਰ ਕਦੇ ਕੀਤੀ ਹੈ ਪਹਿਲਾਂ? ਸਰ ਮੈਂ ਬਚਪਨ ਤੋਂ ਹੀ, ਮੈਨੂੰ ਤਾਂ ਦੱਸਿਆ ਕਿ ਮੈਨੂੰ ਬਚਪਨ ਤੋਂ ਹੀ ਸ਼ੌਕ ਸੀ, ਅਤੇ ਲਾਈਕ ਮੈਂ ਡਿਵੋਸ਼ਨਲ ਪ੍ਰੋਗਰਾਮ ਆਲਰੇਡੀ ਕਰ ਰਿਹਾ ਬਹੁਤ ਜ਼ਿਆਦਾ, ਅਤੇ ਸਟੇਜ ਸ਼ੋਅ ਵਗੈਰਾ ਡਿਵੋਸ਼ਨਲ ਮੈਂ ਬਹੁਤ ਲਾਈਆਂ ਹੋਈਆਂ। ਅਤੇ ਪਹਿਲੀ ਵਾਰ ਕਦੋਂ ਗਾਇਆ ਤੁਸੀਂ? ਪਹਿਲੀ ਵਾਰੀ ਮੁਹੱਲੇ ਦੇ ਵਿੱਚ ਸਾਡੇ ਜਾਗਰਨ ਸੀਗਾ ਅਤੇ ਸਾਰੇ ਲੋਕ ਗਾ ਰਹੇ ਸੀਗੇ, ਮੈਨੂੰ ਵੀ ਗਾਉਣ ਦਾ ਸ਼ੌਕ ਸੀਗਾ। ਕਿੰਨੀ ਏਜ ਸੀ ਉਦੋਂ ਤੁਹਾਡੀ? ਸ਼ਾਇਦ 14 ਜਾਂ 15 ਸਾਲ ਜਦੋਂ ਮੈਂ ਪਹਿਲੀ ਵਾਰੀ ਪਰਫੋਰਮ ਕੀਤਾ, ਅਤੇ ਉਸ ਵੇਲੇ ਤੋਂ ਹੀ ਮੈਨੂੰ ਇੰਨਾ ਪਿਆਰ ਮਿਲਿਆ ਅਤੇ ਮੇਰਾ ਦਿਲ ਮੇਰਾ ਹੌਸਲਾ ਹੋਰ ਵੱਧ ਗਿਆ ਕਿ ਮੈਂ ਇਸ ਲਾਈਨ ਦੇ ਵਿੱਚ ਹੋਰ। ਪਬਲਿਕ ਵੱਲੋਂ ਕਿੱਦਾਂ ਦਾ ਰਿਸਪੋਂਸ ਮਿਲਿਆ ਪਹਿਲੀ ਵਾਰ ਜਦੋਂ ਤੁਸੀਂ ਗਾਇਆ? ਸਰ ਜਦੋਂ ਸਾਡੀ ਕਲੋਨੀ ਦੇ ਵਿੱਚ ਹੀ ਸੀਗਾ ਜਾਗਰਨ, ਅਤੇ ਮੈਨੂੰ ਸਾਰਿਆਂ ਨੇ ਇੰਨਾ ਪਿਆਰ ਕੀਤਾ ਕਿ ਜਿੱਦਾਂ ਮੈਂ ਭੇਟ ਗਾਈ ਸੀ 5-7 ਮਿੰਟ ਦੀ, ਅਤੇ ਉਹਨਾਂ ਨੇ ਘੱਟੋ ਘੱਟ 3-4 ਵਾਰੀ ਮੇਰੇ ਤੋਂ ਭੇਟ ਸੁਣੀ ਕਿ ਨਹੀਂ ਫਿਰ ਤੂੰ ਗਾਣਾ ਆ, ਫਿਰ ਤੂੰ ਗਾਣਾ, ਫਿਰ ਤੂੰ ਗਾਣਾ, ਇੱਕੋ ਹੀ ਭੇਟ ਉਹਨਾਂ ਨੇ ਮੇਰੇ ਕੋਲ 3-4 ਵਾਰੀ ਸੁਣੀ, ਅਤੇ ਉਸ ਦਿਨ ਤੋਂ ਹੀ ਮੇਰਾ ਹੌਸਲਾ ਬਹੁਤ ਜ਼ਿਆਦਾ ਵੱਧ ਗਿਆ ਸੀਗਾ। ਮੇਰੇ ਕਲੋਨੀ ਵਾਲੇ ਕਹਿ ਲਓ, ਮੇਰੇ ਸ਼ਹਿਰ ਵਾਸੀ ਮੈਨੂੰ ਹਮੇਸ਼ਾ ਸਪੋਰਟ ਕਰਦੇ ਆਏ, ਅਤੇ ਮੈਂ ਉਹਨਾਂ ਨੂੰ ਹਮੇਸ਼ਾ ਤਹਿ ਦਿਲੋਂ ਰਿਹਾ। ਉਹ ਭੇਟ ਤੁਹਾਨੂੰ ਅੱਜ ਵੀ ਯਾਦ ਹੋਏਗੀ? ਹਾਂਜੀ। ਉਹਦੀਆਂ ਵੀ ਦੋ ਲਾਈਨਾਂ ਸੀ? ਉਹ ਭੇਟ ਸੀਗੀ ਕ੍ਰਿਸ਼ਨ ਮਹਾਰਾਜ ਜੀ ਦੀ ਭੇਟ ਸੀਗੀ, ਮੈਂ ਜ਼ਰੂਰ ਸੁਣਾਉਣੀ ਚਾਹੁੰਦਾ। ਉਹ ਸੀਗੀ ਸਾਵਰੀਆ ਆ ਜਾ ਸਾਵਰੀਆ ਤੂੰ ਆ ਜਾ ਕਨ੍ਹਈਆ ਤੇਰੀ ਰਾਧਾ ਹੈ ਬੁਲਾ ਮੁਝੇ ਕਿਉਂ ਤੜਪਾ ਹਰ ਪਲ ਤੇਰੀ ਯਾਦ ਸਤਾਏ ਕਿ ਛਮ ਛਮ ਰੋਏ ਰਾਧਾ ਸਾਵਰੀਆ ਤੂੰ ਆ ਜਾ ਸਾਵਰੀਆ ਤੂੰ ਆ ਜਾ। ਬੋਲੀਏ ਬਾਂਕੇ ਬਿਹਾਰੀ ਲਾਲ ਕੀ। ਐਨੀ ਜੀ ਦਾ ਤੁਹਾਡੇ ਨਾਲ ਕਿਸ ਤਰ੍ਹਾਂ ਮੇਚ ਹੋਇਆ? ਐਮੀ ਜੀ ਅਸੀਂ ਪਹਿਲਾਂ ਇੱਕ ਦੂਜੇ ਨੂੰ ਨਹੀਂ ਜਾਣਦੇ ਸੀਗੇ, ਅਤੇ ਸਾਡੇ ਜਿਹੜੇ ਡਾਇਰੈਕਟਰ ਆ ਫਿਲਿਪ ਸਰ ਚੰਡੀਗੜ੍ਹ ਤੋਂ, ਉਹਨਾਂ ਦੇ ਥਰੂ ਉਹਨਾਂ ਨੇ ਦੱਸਿਆ ਸੀਗਾ ਮੈਨੂੰ, ਪਿਕ ਸੈਂਡ ਕੀਤੀ ਇਹਨਾਂ ਦੀ ਕਿ ਆਪਾਂ ਇਹ ਮਾਡਲ ਲੈਣੇ ਆਪਣੇ ਸੌਂਗ ਵਿੱਚ, ਅਤੇ ਮੈਂ ਕਿਹਾ ਸੀ ਵਧੀਆ। ਤੁਹਾਡੇ ਗਾਣੇ ਦੇ ਵਿੱਚ ਇਹਨਾਂ ਦਾ ਕੀ ਰੋਲ ਹੈ? ਸਾਰਾ ਰੋਲ ਹੀ ਹੈ ਨਾ ਕੀ ਹੈ ਉਹ ਕੀ ਕਰਦੇ ਨੇ ਉਹ ਥੋੜ੍ਹਾ ਜਿਹਾ ਐਕਸਪਲੇਨ ਕਰੋ। ਕੁਛ ਨਹੀਂ, ਜੈਸੇ ਸਟੋਰੀ ਜੀ ਬਣਾਈ ਹੋਈ ਹੈ ਕਿ ਇੱਕ ਦੂਜੇ ਨੂੰ ਕਾਫੀ ਪਿਆਰ ਕਰ ਰਹੇ ਹਾਂ, ਅਤੇ ਬਸ ਮਿਸ ਅੰਡਰਸਟੈਂਡਿੰਗ ਕਰਕੇ ਦੂਰ ਹੋ ਗਿਆ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ, ਇਸ ਗੀਤ ਬਾਰੇ? ਸੌਂਗ ਬਹੁਤ ਹੀ ਜ਼ਿਆਦਾ ਸੋਹਣਾ, ਅਤੇ ਜਿਵੇਂ ਆਪਣੇ ਰਵੀ ਰਾਜ ਜੀ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ ਪਿਆਰਾ ਸੌਂਗ ਗਾਇਆ, ਅਤੇ ਮੈਨੂੰ ਬਹੁਤ ਹੀ ਅੱਛਾ ਲੱਗਿਆ, ਇਹਨਾਂ ਨਾਲ ਵੀ ਐਕਸਪੀਰੀਅੰਸ ਮੇਰਾ ਬਹੁਤ ਅੱਛਾ ਗਿਆ, ਅਤੇ ਇਹਨਾਂ ਨੇ ਕੋਆਪਰੇਟ ਵੀ ਬਹੁਤ ਕੀਤਾ ਸੌਂਗ 'ਚ। ਤੁਹਾਡਾ ਪਹਿਲਾ ਸੌਂਗ ਹੈ? ਨਹੀਂ, ਇਹ ਮੇਰਾ ਸੈਕਿੰਡ ਹੈ ਐਕਚੁਲੀ, ਇਸ ਤੋਂ ਬਾਅਦ ਵੀ ਹੋਇਆ, ਹਲੇ ਹਲੇ ਹੋਇਆ, ਉਹ ਹਜੇ ਰਿਲੀਜ਼ ਹੋਊਗਾ ਆਫਟਰ ਐਡੀਟਿੰਗ, ਸੋ ਇਹ ਮੇਰਾ ਸੈਕਿੰਡ ਸੀਗਾ ਐਂਡ
ਕਿਵੇਂ ਸ਼ੌਂਕ ਪਿਆ ਇਸ ਮਾਡਲਿੰਗ ਦੇ ਵਿੱਚ? ਮੈਂ 15 ਇਅਰਸ ਦੀ ਸੀਗੀ ਜਦੋਂ ਮੈਂ ਮਿਸ ਲੁਧਿਆਣਾ 'ਚ ਪਾਰਟੀਸਪੇਟ ਕੀਤਾ ਸੀ ਇਨ 2018 ਐਂਡ ਦੇਅਰ ਆਈ ਵਾਜ਼ ਵਿਨਰ। ਉਸ ਤੋਂ ਬਾਅਦ ਮੈਨੂੰ ਥੋੜ੍ਹਾ ਸ਼ੌਂਕ ਪਿਆ, ਦੈਨ ਫਿਰ ਮੈਂ ਦਿੱਲੀ ਗਈ, ਉੱਥੇ ਵੀ ਮਿਸ ਆਈਕਨ ਇੰਡੀਆ ਬਣ ਕੇ ਆਈ ਸੀ 2020 'ਚ। ਆਫਟਰ ਦੈਟ ਮੈਂ ਸੌਂਗਸ 'ਚ ਆਈ ਸਟਾਰਟ ਹੋਇਆ, ਮੈਨੂੰ ਔਫਰਸ ਕਰਦਾ ਨਹੀਂ ਸ਼ੁਰੂ। ਕੋਈ ਆਉਣ ਵਾਲੇ ਪ੍ਰੋਜੈਕਟ ਬਾਰੇ ਦੱਸਣਾ ਚਾਹੋਗੇ? ਹਾਂਜੀ, ਉਹ ਪ੍ਰੋਜੈਕਟ ਹਜੇ ਜੋ ਆ ਰਿਹਾ ਹੈ, ਈਵਨ ਮੈਂ ਡਿਸਕਲੋਜ਼ ਨਹੀਂ ਕਰਾਂਗੀ ਜੋ ਸਿੰਗਰ ਹੈ, ਬਟ ਆ ਰਿਹਾ ਬਸ 10-15 ਡੇਜ਼ ਵਿੱਚ ਆ ਰਿਹਾ ਇੱਕ ਨਿਊ ਸੌਂਗ ਆ ਰਿਹਾ ਜੀ। ਤੁਹਾਨੂੰ ਆਪਣੇ ਪਰਿਵਾਰ ਵੱਲੋਂ ਪੂਰੀ ਕੋਆਪਰੇਸ਼ਨ ਮਿਲਦੀ ਹੈ? ਯਾ, ਮੇਰੇ ਮਦਰ ਪੂਰਾ ਮੈਨੂੰ ਮਤਲਬ ਪੂਰਾ ਜ਼ਿਆਦਾ ਮਤਲਬ ਮੇਰੀ ਸਪੋਰਟ ਕਰਦੇ ਨੇ, ਈਵਨ ਇਹਨਾਂ ਮੈਂ ਸੱਚ ਕਵਾਂ ਤਾਂ ਫਾਦਰ ਤੋਂ ਵੀ ਵੱਧ ਇਹਨਾਂ ਦੀ ਸਪੋਰਟ ਹੈ ਮੇਰੀ ਲਾਈਫ 'ਚ। ਪਰਿਵਾਰ 'ਚ ਕਿੰਨੇ ਫੈਮਿਲੀ ਮੈਂਬਰ ਹੈ? ਮੇਰੇ ਫਾਦਰ ਹੈ, ਮੇਰਾ ਬ੍ਰਦਰ ਹੈ ਐਂਡ ਮੰਮਾ ਐਂਡ ਮੀ। ਪਰਿਵਾਰ ਦੀ ਪੂਰੀ ਕੋਆਪਰੇਸ਼ਨ ਹੈ? ਯਾ, ਪੂਰੀ ਕੋਆਪਰੇਸ਼ਨ ਹੈ ਐਂਡ ਇੱਕ ਤਰ੍ਹਾਂ ਦੇ ਮੰਮਾ ਮੇਰੇ ਬੈਕਬੋਨ ਹੀ ਨੇ। ਤੁਹਾਡੇ ਨਾਲ ਹਰ ਸਫ਼ਰ ਦੇ ਦੌਰਾਨ ਤੁਹਾਡੇ ਮੰਮਾ ਹੁੰਦੇ ਆ? ਯਾ, ਮੈਂ ਕਦੀ ਕਦੀ ਨਹੀਂ ਗਈ, ਈਵਨ ਦਿੱਲੀ ਗਈ ਸੀ, ਜਿੱਥੇ ਵੀ ਜਾਂਦੀ ਹਾਂ ਮੇਰੇ ਮਦਰ ਹਮੇਸ਼ਾ ਨਾਲ। ਫਾਈਨੈਂਸ਼ਲੀ ਪ੍ਰੋਬਲਮ ਤਾਂ ਨਹੀਂ ਆਈ ਕਦੀ ਕੋਈ? ਲਿਟਲ ਬਿਟ ਹੁੰਦੀ ਹੈ, ਬਟ ਮੰਮਾ ਮੇਰੇ ਨਾਲ ਫਿਰ ਵੀ ਕੋਆਪਰੇਟ ਕਰਦੇ ਨੇ, ਥੋੜ੍ਹਾ ਲਿਟਲ ਬਿਟ ਕਰਦੇ ਨੇ, ਬਟ ਮੈਨੂੰ ਮਨਾ ਹੀ ਇਹਨਾਂ ਨੇ ਕਦੀ ਕੀਤਾ ਅੱਜ ਤੱਕ। ਇੱਕ ਸਵਾਲ ਮੈਂ ਤੁਹਾਡੇ ਤੋਂ ਅਹਿਮ ਪੁੱਛਣਾ ਚਾਹੁੰਦਾ ਸੀਗਾ ਕਿ ਤੁਸੀਂ ਕਿਸ ਗਾਇਕੀ ਨੂੰ ਪਹਿਲ ਦਿੰਦੇ ਹੋ? ਸੂਫੀ ਗਾਇਕੀ ਨੂੰ। ਅਤੇ ਅੱਗੇ ਇੰਟਰਸਟ ਵੀ ਸੂਫੀ ਗਾਇਕੀ ਦੇ ਵਿੱਚ ਹੈ? ਹਾਂਜੀ, ਮੈਂ ਹੋਰ ਵੀ ਸੌਂਗ ਰੈਡੀ ਕੀਤੇ ਹੋਏ ਆ, ਲਾਈਕ ਮੇਰੀ ਕੋਸ਼ਿਸ਼ ਇਹੀ ਰਹੇਗੀ ਕਿ ਮੈਂ ਕਦੀ ਵੀ ਕੋਈ ਹਥਿਆਰਾਂ ਵਾਲਾ ਗਾਣਾ ਨਾ ਗਾਵਾਂ। ਪਰ ਸਕੋਪ ਅੱਗੇ ਜਿਹੜਾ ਨਾ ਉਹ ਇਹਨਾਂ ਨੂੰ ਹੀ ਮਿਲਦਾ ਹੈ ਕਿ ਜੇ ਦੇਖਿਆ ਜਾਵੇ ਤਾਂ ਹਥਿਆਰਾਂ ਵਾਲੇ ਗੀਤ ਹੀ ਜ਼ਿਆਦਾ ਚੱਲਦੇ ਨੇ, ਨਜ਼ਰ ਆ ਰਹੇ ਨੇ ਜੋ, ਪਰ ਇਸ ਨੂੰ ਕਿਵੇਂ ਕਵਰ ਕਰੋਗੇ ਤੁਸੀਂ? ਸਰ, ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਨੇ ਲੱਚਰ ਤਾਂ ਸੁਣਨੀ ਸ਼ੁਰੂ ਕਰ ਦਿੱਤੀ ਹੈ, ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਵਿੱਚ, ਸਾਡੇ ਇੰਡੀਆ ਦੇ ਵਿੱਚ ਅੱਛਾ ਸੁਣਨ ਸੁਣਨ ਵਾਲੇ ਵੀ ਲੋਕ ਬੈਠੇ ਰਹੇ। ਅਤੇ ਜਿਹੜੀ ਮੈਂ ਸਿੰਗਿੰਗ ਕਰਦਾ ਹਾਂ ਉਹ ਮੈਂ ਆਪਣੇ ਦਿਲ ਦੇ ਸਕੂਨ ਵਾਸਤੇ ਕਰਦਾ। ਬਿਲਕੁਲ, ਜਿੱਥੇ ਮੇਰੇ ਦਿਲ ਨੂੰ ਸਕੂਨ ਨਹੀਂ ਮਿਲੂਗਾ ਉੱਥੇ ਮੈਂ ਉਹ ਵਾਲੀ ਗਾਇਕੀ ਕਦੀ ਨਹੀਂ ਕਰਦਾ। ਸੋ ਬਹੁਤ ਸ਼ੁਕਰੀਆ। ਮੇਰਾ ਡ੍ਰੀਮ ਆ ਕਿ ਮੈਂ ਲਾਈਫ ਵਿੱਚ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਮਿਲਾਂ, ਉਹਨਾਂ ਦੇ ਕਦਮਾਂ ਨਾਲ ਲੱਗਾਂ, ਮੈਨੂੰ ਉਹਨਾਂ ਦਾ ਪਿਆਰ ਮੇਰੇ ਉਹਨਾਂ ਦਾ ਹੱਥ ਮੇਰੇ ਸਿਰ 'ਤੇ ਆਵੇ, ਬਸ।